ਦੋਸਤੋ ਹੁਣ ਤੁਸੀਂ ਔਨਲਾਈਨ ਘਰੇ ਬੈਠੇ ਆਪਣੇ ਵਹੀਕਲ ਦਾ ਚਲਾਨ ਜੇ ਕੱਟਿਆ ਜਾਂਦਾ ਉਹ ਮੋਬਾਈਲ ਉੱਤੇ ਜਾਂ ਪੀਸੀ ਉੱਤੇ ਭਰ ਸਕਦੇ ਹੋ ਤੇ ਤੁਹਾਨੂੰ ਕੋਈ ਕੋਰਟ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਔਨਲਾਈਨ ਚਲਾਨ ਕਿਵੇਂ ਡਾਊਨਲੋਡ ਕਰ ਸਕਦੇ ਹਾਂ ਤੇ ਇਸ ਦਾ ਭੁਗਤਾਨ ਕਿਵੇਂ ਕਰ ਸਕਦੇ ਹਾਂ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ। ਓਕੇ ਦੋਸਤੋ, ਦੋਸਤੋ ਹੁਣ ਕੀ ਕਰਨਾ ਹੈ, ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਓਗੇ ਅਤੇ ਉੱਥੇ ਡੈਸਕਟੋਪ ਵਰਜ਼ਨ ਬਰਾਊਜ਼ਰ ਦਾ ਔਨ ਕਰ ਲਓਗੇ ਤੇ ਇੱਥੇ ਸਰਚ ਕਰੋਗੇ ਈ ਚਲਾਨ ਪਰਿਵਾਹਨ .gov.in। ਸਰਚ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ। ਓਪਨ ਹੋਣ ਤੋਂ ਬਾਅਦ ਜੇ ਤੁਹਾਡੇ ਕੋਲ ਚਲਾਨ ਨੰਬਰ ਹੈ ਤਾਂ ਇੱਥੇ ਆਪਾਂ ਚਲਾਨ ਨੰਬਰ ਫਿਲ ਕਰ ਦਾਂਗੇ ਅਤੇ ਕੈਪਚਾ ਫਿਲ ਕਰ ਦਾਂਗੇ ਅਤੇ ਗੈਟ ਡਿਟੇਲ 'ਤੇ ਆਪਾਂ ਕਲਿੱਕ ਕਰਕੇ ਤੁਹਾਡੇ ਸਾਹਮਣੇ ਪੂਰੀ ਚਲਾਨ ਦੀ ਰਸੀਦ ਆ ਜਾਵੇਗੀ। ਅਤੇ ਜੇ ਚਲਾਨ ਨੰਬਰ ਤੁਹਾਡੇ ਕੋਲ ਗੁੰਮ ਹੋ ਗਿਆ ਤਾਂ ਵਹੀਕਲ ਨੰਬਰ ਭਰ ਕੇ ਇੱਥੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਵਹੀਕਲ ਨੰਬਰ 'ਤੇ ਕਲਿੱਕ ਕਰਾਂਗੇ। ਉਸ ਤੋਂ ਬਾਅਦ ਪ੍ਰੋਸੈਸ ਜੋ ਆਪਣਾ ਵਹੀਕਲ ਨੰਬਰ ਲਿਖ ਲਾਂਗੇ, 86 ਨੰਬਰ ਲਿਖਾਂਗੇ ਇਸ ਤੋਂ ਬਾਅਦ, ਅਤੇ ਜਾਂ ਇੰਜਨ ਨੰਬਰ ਇਹਨਾਂ ਦੋਨਾਂ ਵਿੱਚੋਂ ਇੱਕ ਹੈ ਤੁਹਾਡੇ ਕੋਲ ਇੱਕ ਫਿਲ ਕਰ ਦਾਂਗੇ। ਇਸ ਤੋਂ ਬਾਅਦ ਕੈਪਚਾ ਫਿਲ ਕਰ ਦਾਂਗੇ। ਦੋਸਤੋ ਜੇ ਵਹੀਕਲ ਨੰਬਰ ਵੀ ਤੁਹਾਡੇ ਯਾਦ ਨਹੀਂ ਹੈ ਤਾਂ DL ਨੰਬਰ ਤੁਹਾਡੇ ਲਾਇਸੈਂਸ ਦੇ ਪਿੱਛੇ ਇੱਕ ਨੰਬਰ ਹੁੰਦਾ ਹੈ, ਉਹ ਆਪਾਂ ਉਹਦੇ ਫਿਲ ਕਰਕੇ ਜਾਂ ਅਤੇ ਕੈਪਚਾ ਫਿਲ ਕਰਕੇ ਵੀ ਡਿਟੇਲ ਹਾਸਿਲ ਕਰ ਸਕਦੇ ਹਾਂ। ਅਤੇ ਦੋਸਤੋ ਸਾਰੀ ਡਿਟੇਲ ਭਰਨ ਤੋਂ ਬਾਅਦ ਤੁਹਾਡੇ ਕੋਲ ਇੱਕ OTP ਮੈਸੇਜ ਆਵੇਗਾ ਤੁਹਾਡੇ ਫੋਨ 'ਤੇ, ਅਤੇ ਉਹ ਤੁਹਾਨੂੰ ਨੰਬਰ ਜਿਹੜਾ ਹੋਵੇਗਾ ਇੱਥੇ ਭਰਨਾ ਪਵੇਗਾ। ਅਤੇ ਦੋਸਤੋ OTP ਭਰਨ ਤੋਂ ਬਾਅਦ ਇਸ ਤਰ੍ਹਾਂ ਦੀ ਨੰਬਰਿੰਗ ਤੁਹਾਡੇ ਸਾਹਮਣੇ ਆ ਜਾਵੇਗੀ ਅਤੇ ਇਹ ਤੁਹਾਡਾ ਚਲਾਨ ਦੀ ਡਿਟੇਲ ਆ ਉਹ ਚੱਕ ਲਵੇਗੀ ਅਤੇ ਇਸ ਤੋਂ ਬਾਅਦ ਆਪਾਂ ਜਸਟ ਕੁਛ ਨਹੀਂ ਕਰਨਾ, ਨੈਕਸਟ 'ਤੇ ਆਪਾਂ ਕਲਿੱਕ ਕਰ ਦਾਂਗੇ। ਨੈਕਸਟ 'ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਤੁਹਾਡੇ ਚਲਾਨ ਦਾ ਪੂਰਾ ਜੋ ਡਿਟੇਲ ਹੋਵੇਗੀ ਉਹ ਤੁਹਾਡੇ ਸਾਹਮਣੇ ਆ ਜਾਵੇਗੀ, ਕਿੰਨੇ ਦਾ ਅਮਾਊਂਟ ਹੈ, ਕਿੰਨਾ ਚਲਾਨ ਕੱਟਿਆ ਗਿਆ, ਕਿਹੜੀ ਥਾਂ 'ਤੇ ਕੱਟਿਆ ਗਿਆ, ਪੂਰੀ ਡਿਟੇਲ ਇਸ ਵਿੱਚ ਲਿਖੀ ਹੁੰਦੀ ਹੈ। ਇਸ ਤੋਂ ਬਾਅਦ ਆਪਾਂ ਕੁਛ ਨਹੀਂ ਕਰਨਾ, ਜੋ ਪ੍ਰੋਸੀਡ ਵਿਦ ਨੈਟ ਪੇਮੈਂਟ 'ਤੇ ਆਪਾਂ ਕਲਿੱਕ ਕਰ ਲਾਂਗੇ। ਦੋਸਤੋ ਪੇਮੈਂਟ 'ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ, ਜਿਸ ਵਿੱਚ ਨੈਟ ਬੈਂਕਿੰਗ ਅਤੇ ਅਦਰ ਪੇਮੈਂਟ ਮੋਡ ਦਾ ਪੂਰੀ ਡਿਟੇਲ ਦਿੱਤੀ ਹੈ, ਜਿਹੜੀ ਤੁਹਾਨੂੰ ਸੇਵ ਅਤੇ ਬੈਸਟ ਲੱਗੇ ਤੁਸੀਂ ਉਸ ਮੋਡ ਰਾਹੀਂ ਜੋ ਪੇਮੈਂਟ ਉਹ ਕਰ ਸਕਦੇ ਹੋ। ਐਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ, ਮੈਂ ਅਦਰ ਬੈਂਕ 'ਤੇ ਕਲਿੱਕ ਕਰ ਲੈਂਦਾ। ਤਾਂ ਦੋਸਤੋ ਅਦਰ ਬੈਂਕ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਜਿਹੜੇ ਵੀ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ, ਜਿਸ ਵਿੱਚ ਵੀ ਤੁਸੀਂ ਪੇਮੈਂਟ ਕਰਨਾ ਚਾਹੁੰਦੇ ਹੋ। ਇਸ ਲਿਸਟ ਵਿੱਚ ਸਾਰੇ ਬੈਂਕਾਂ ਦੇ ਨਾਮ ਤੁਹਾਨੂੰ ਮਿਲ ਜਾਣਗੇ ਜਿਹੜਾ ਤੁਹਾਡੇ ਬੈਂਕ ਵਿੱਚ ਅਕਾਊਂਟ ਹੈ, ਉਸ 'ਤੇ ਕਲਿੱਕ ਕਰਕੇ ਤੁਸੀਂ ਪੇਮੈਂਟ ਦਾ ਅੱਗੇ ਆਪਸ਼ਨ ਖੋਲ ਸਕਦੇ ਹੋ। ਤਾਂ ਦੋਸਤੋ ਐਗਜ਼ਾਮਪਲ ਦੇ ਤੌਰ 'ਤੇ ਮੈਂ ਪੰਜਾਬ ਨੈਸ਼ਨਲ ਬੈਂਕ 'ਤੇ ਕਲਿੱਕ ਕਰ ਲਿਆ ਅਤੇ ਇਸ ਤੋਂ ਬਾਅਦ ਜਿਹੜੀ ਯੂਜ਼ਰ ਆਈਡੀ ਆ ਤੁਹਾਡੀ ਬੈਂਕ ਦੀ ਇੱਥੇ ਆਪਾਂ ਨੂੰ ਫਿਲ ਕਰਨੀ ਪਵੇਗੀ ਅਤੇ ਕੰਟੀਨਿਊ 'ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਪੇਮੈਂਟ ਦੀ ਆਪਸ਼ਨ ਆ ਉਹ ਫੁਲਫਿਲ ਹੋ ਜਾਵੇਗੀ ਅਤੇ ਤੁਹਾਡੇ ਕੋਲ ਰਿਸਿਪਟ ਦਾ ਡਾਊਨਲੋਡ ਕਰਨ ਦਾ ਆਪਸ਼ਨ ਵੀ ਨਾਲ ਦੀ ਨਾਲ ਲਿੰਕ ਵਿੱਚ ਆ ਜਾਊਗਾ ਅਤੇ ਤੁਹਾਡੇ ਕੋਲ OTP ਵੀ ਆ ਜਾਊਗਾ ਕਿ ਤੁਹਾਡਾ ਜੋ ਚਲਾਨ ਸੀ ਉਹ ਫਿਲ ਹੋ ਚੁੱਕਿਆ ਹੈ। ਓਕੇ ਦੋਸਤੋ, ਜੇ ਫਿਰ ਵੀ ਕੋਈ ਡਾਊਟ ਹੈ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।